ਮੇਰੇ ਵੱਲੋਂ ਸਾਰਿਆਂ ਨੂੰ ਜੈ ਮਸੀਹ ਜੀ। ਖੁਦਾ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਆਸ਼ੀਸ਼ ਦੇਵੇ। ਅੱਜ ਦਾ ਮੇਰਾ ਇਹ ਫੇਸਬੁੱਕ ਤੇ ਲਾਈਵ ਹੋਣ ਦਾ ਮਕਸਦ ਸਿਰਫ ਇੰਨਾ ਕੁ ਆ ਕਿ ਮੈਂ ਦੇਖ ਰਿਹਾ ਕਿ ਆਏ ਦਿਨ ਪੰਜਾਬ ਦੇ ਵਿੱਚ ਔਰ ਇੰਡੀਆ ਵਿੱਚ ਹਰ ਜਗ੍ਹਾ ਦੇ ਉੱਤੇ ਕ੍ਰਿਸਚਨਾਂ ਦੇ ਨਾਲ ਧੱਕਾ ਹੁੰਦਾ, ਸੇਵਕਾਂ ਦੇ ਨਾਲ ਮਾਰ ਕੁਟਾਈ ਹੁੰਦੀ ਆ, ਔਰ ਕੱਟੜਪੰਥੀ ਗਰੁੱਪਾਂ ਦੇ ਕੁਛ ਨੁਮਾਇੰਦੇ ਜਿਹੜੇ ਆ ਉਹ ਆ ਕੇ ਜਿੱਥੇ ਸੇਵਕਾਂ ਦੇ ਨਾਲ ਬਦਤਮੀਜ਼ੀ ਕਰਦੇ ਆ ਉੱਥੇ ਪ੍ਰਭੂ ਯਿਸੂ ਮਸੀਹ ਜੀ ਦੇ ਬਾਰੇ ਵੀ ਗਲਤ ਸ਼ਬਦਾਵਲੀਆਂ ਇਸਤੇਮਾਲ ਕਰਦੇ ਆ, ਉੱਥੇ ਬਾਈਬਲ ਦੇ ਖਿਲਾਫ਼ ਵੀ ਬਹੁਤ ਜ਼ਿਆਦਾ ਬੋਲਦੇ ਆ, ਔਰ ਇਹ ਸਭ ਕੁਛ ਲਗਾਤਾਰ ਚੱਲ ਰਿਹਾ ਆ। ਔਰ ਜੇਕਰ ਪੁਲਿਸ ਵੀ ਆਉਂਦੀ ਆ ਤੇ ਪੁਲਿਸ ਵੀ ਕੱਟੜਪੰਥੀਆਂ ਦੇ ਗੱਲ ਨੂੰ ਸੁਣ ਕੇ ਤੇ ਸੇਵਕਾਂ ਦੇ ਖਿਲਾਫ਼ ਹੀ ਕਾਰਵਾਈ ਕਰਦੇ ਆ, ਸੇਵਕਾਂ ਨੂੰ ਫੜ ਕੇ ਲੈ ਜਾਂਦੇ ਆ, ਥਾਣਿਆਂ ਦੇ ਵਿੱਚ ਰੱਖਿਆ ਜਾਂਦਾ ਆ ਔਰ ਕੋਈ ਸੁਣਵਾਈ ਵੀ ਨਹੀਂ ਕੀਤੀ ਜਾਂਦੀ। ਸੋ ਅਸੀਂ ਤੇ ਪ੍ਰਭੂ ਦੀ ਸੇਵਾ ਦੇ ਵਿੱਚ ਆ ਤੇ ਸਾਡਾ ਇਹਨਾਂ ਰਾਜਨੀਤਿਕ ਮਸਲਿਆਂ ਦੇ ਨਾਲ ਕੋਈ ਜ਼ਿਆਦਾ ਲੈਣਾ ਦੇਣਾ ਨਹੀਂ ਆ, ਪਰ ਉਹ ਨੁਮਾਇੰਦੇ ਜਿਹੜੇ ਮਸੀਹੀ ਸਮਾਜ ਦੀ ਨੁਮਾਇੰਦਗੀ ਬਤੌਰ ਮਸੀਹੀ ਹੋਣ ਦੇ ਨਾਤੇ ਕਰਦੇ ਆ, ਮੈਂ ਉਹਨਾਂ ਨੂੰ ਸਵਾਲ ਪੁੱਛਣਾ ਚਾਹੁੰਦਾ ਹਾਂ ਜਿਹੜੇ ਮਸੀਹੀ ਨਾਂ ਦੇ ਉੱਤੇ ਰਾਜਨੀਤਿਕ ਰੋਟੀਆਂ ਸੇਕਦੇ ਆ, ਜਿਹੜੇ ਮਸੀਹੀ ਸਮਾਜ ਦੇ ਨਾਮ ਦੇ ਉੱਤੇ ਰਾਜਨੀਤਿਕ ਫਾਇਦੇ ਲੈਂਦੇ ਆ, ਆਰਥਿਕ ਫਾਇਦੇ ਲੈਂਦੇ ਆ, ਜਿਹੜੇ ਮਸੀਹੀ ਸਮਾਜ ਦਾ ਨਾਮ ਲੈ ਕੇ ਅਹੁਦੇਦਾਰੀਆਂ ਲੈਂਦੇ ਆ, ਸਰਕਾਰੀ ਸਹੂਲਤਾਂ ਦਾ ਮਜ਼ਾ ਲੈਂਦੇ ਆ, ਸਰਕਾਰੀ ਤੌਰ ਦੇ ਉੱਤੇ ਤਨਖਾਹਾਂ ਲੈਂਦੇ ਆ, ਸਰਕਾਰੀ ਅਦਾਰਿਆਂ ਦੇ ਵਿੱਚ ਉਹ ਜੋ ਵੀ ਬੈਨੀਫਿਟ ਲੈ ਸਕਦੇ ਆ ਸਭ ਲੈਂਦੇ ਆ। ਸੋ ਕੀ ਇਹ ਜਿਹੜੇ ਘੱਟ ਗਿਣਤੀ ਕਮਿਸ਼ਨ ਬਣਿਆ ਆ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ, ਇਹ ਕੀ ਸਿਰਫ ਤਨਖਾਹ ਲੈਣ ਵਾਸਤੇ ਹੀ ਆ ਜਾਂ ਸਰਕਾਰੀ ਤੌਰ ਦੇ ਉੱਤੇ ਕੋਈ ਚੰਡੀਗੜ੍ਹ ਦੇ ਵਿੱਚ ਇਹਨਾਂ ਨੂੰ ਕਮਰਾ ਮਿਲ ਜਾਵੇ ਰਹਿਣ ਵਾਸਤੇ ਜਾਂ ਸਰਕਟ ਹਾਊਸਾਂ ਦੇ ਵਿੱਚ ਕਿਤੇ ਸਟੇ ਕਰਨ ਦੀ ਜਗ੍ਹਾ ਮਿਲ ਜਾਵੇ ਜਾਂ ਕੋਈ ਇਹਨਾਂ ਨੂੰ ਕੋਈ ਕਾਰ ਕੂਰ ਮਿਲ ਜਾਵੇ ਜਾਂ ਕੋਈ ਪੈਟਰੋਲ ਵਗੈਰਾ ਕੋਈ ਇਹਨਾਂ ਨੂੰ ਫ੍ਰੀ 'ਚ ਮਿਲਣਾ ਸ਼ੁਰੂ ਹੋ ਜਾਵੇ, ਕਿ ਸਮਾਜ ਦੇ ਨਾਮ ਦੇ ਉੱਤੇ ਰਾਜਨੀਤੀ ਕਰਕੇ ਤੇ ਇਹੋ ਜਿਹੀਆਂ ਅਹੁਦੇਦਾਰੀਆਂ ਲੈ ਕੇ ਕਿ ਇਹਨਾਂ ਦਾ ਕੰਮ ਸਿਰਫ ਇੰਨਾ ਹੀ ਆ ਕਿ ਬਸ ਆਪਣੀਆਂ ਤਨਖਾਹਾਂ ਲਓ ਤੇ ਮੌਜ ਕਰੋ? ਕਿ ਇਹਨਾਂ ਨੂੰ ਆਪਣੀ ਪਾਵਰ ਦਾ ਪਤਾ? ਕਮਿਸ਼ਨ ਕੀ ਹੁੰਦਾ ਆ? ਇਹ ਜਿਹੜੇ ਸਾਡੇ ਅੱਜ ਸਮਾਜ ਦੀ ਨੁਮਾਇੰਦਗੀ ਕਰ ਰਹੇ ਆ, ਔਰ ਬੜੀ ਹੈਰਾਨੀ ਦੀ ਗੱਲ ਆ ਕਿ ਪੰਜਾਬ ਦੇ ਵਿੱਚ ਤੇ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਹੀ ਕ੍ਰਿਸਚਨ ਆ। ਉਸ ਤੋਂ ਪਹਿਲਾਂ ਅਕਾਲੀ ਭਾਜਪਾ ਦੀ ਸਰਕਾਰ ਦੇ ਵਿੱਚ ਵੀ 10 ਸਾਲ ਕ੍ਰਿਸਚਨ ਹੀ ਚੇਅਰਮੈਨ ਰਿਹਾ ਹੈ। ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਵੀ ਪੰਜਾਬ ਦੇ ਵਿੱਚ ਕ੍ਰਿਸਚਨ ਹੋਵੇ ਪਿਛਲੇ ਲਗਭਗ 15 ਸਾਲਾਂ ਤੋਂ ਚੱਲਿਆ ਆ ਰਿਹਾ ਹੋਵੇ, ਤੇ ਫਿਰ ਪੰਜਾਬ ਦੇ ਵਿੱਚ ਹੀ ਮਸੀਹੀ ਲੋਕਾਂ ਦੇ ਨਾਲ ਧੱਕਾ ਹੁੰਦਾ ਹੋਵੇ, ਉਹ ਵੀ ਨਜਾਇਜ਼ ਤੌਰ ਦੇ ਉੱਤੇ, ਔਰ ਅੱਜ ਤੱਕ ਕਮਿਸ਼ਨ ਵੱਲੋਂ ਕਿਸੇ ਵੀ ਅਫਸਰ ਨੂੰ ਆਪਣੇ ਉੱਥੇ ਤਲਬ ਹੀ ਨਾ ਕੀਤਾ ਗਿਆ ਹੋਵੇ। ਸੋ ਇਹਦਾ ਸਿੱਧਾ ਸਿੱਧਾ ਭਾਵ ਮੈਂ ਇਹ ਸਮਝਦਾ ਵੀ ਜਾਂ ਤੇ ਸਾਡੇ ਜਿਹੜੇ ਕੋਈ ਚੇਅਰਮੈਨ ਵਗੈਰਾ ਮੈਂਬਰ ਵਗੈਰਾ ਲੱਗੇ ਅਨਪੜ੍ਹ ਆ, ਜਾਂ ਤੇ ਇਹਨਾਂ ਦੀ ਅਕਲ ਕੰਮ ਨਹੀਂ ਕਰਦੀ, ਤੇ ਜਾਂ ਇਹਨਾਂ ਨੂੰ ਆਪਣੀ ਪਾਵਰ ਦਾ ਹੀ ਨਹੀਂ ਪਤਾ ਕਿ ਅਸੀਂ ਇਹ ਘੱਟ ਕਮਿਸ਼ਨ ਦੇ ਵਿੱਚ ਗਿਣਤੀ ਕਮਿਸ਼ਨ ਦੇ ਵਿੱਚ ਆਏ ਹਾਂ ਤੇ ਸਾਡਾ ਜਿਹੜਾ ਇਹਦੇ 'ਚ ਰੁਤਬਾ ਕੀ ਆ। ਸੋ ਕੋਈ ਵੀ ਕਮਿਸ਼ਨ ਜਦੋਂ ਬਣਦਾ ਆ ਉਹ ਘੱਟ ਗਿਣਤੀ ਕਮਿਸ਼ਨ ਹੋਵੇ, ਉਹ SC ਕਮਿਸ਼ਨ ਹੋਵੇ, ਉਹ ਹਿਊਮਨ ਰਾਈਟਸ ਕਮਿਸ਼ਨ ਹੋਵੇ, ਕਮਿਸ਼ਨ ਦਾ ਮਤਲਬ ਆਪਣੇ ਆਪ ਵਿੱਚ ਇੱਕ ਅਦਾਲਤ ਹੁੰਦਾ ਆ। ਅਗਰ ਉਹ ਜਿਸ ਚੀਜ਼ ਦੀ ਵੀ ਨੁਮਾਇੰਦਗੀ ਕਰਦੇ ਆ ਉਸ ਸਮਾਜ ਦੇ ਵਿੱਚ, ਅਗਰ ਕਿਸੇ ਨਾਲ ਵੀ ਕਿਸੇ ਕਿਸਮ ਦਾ ਕਿਸੇ ਪੁਲਿਸ ਅਫਸਰ ਵੱਲੋਂ ਐਡਮਿਨਿਸਟ੍ਰੇਸ਼ਨ ਵੱਲੋਂ ਕੋਈ ਧੱਕਾ ਹੁੰਦਾ ਆ, ਉਹਨਾਂ ਦੇ ਕੋਲ ਪੂਰੀ ਪਾਵਰ ਆ ਵੀ ਉਹ ਉਸ ਆਫਿਸਰ ਨੂੰ ਆਪਣੇ ਕੋਲ ਪਰਵਾਨਾ ਭੇਜ ਕੇ ਤਲਬ ਕਰ ਸਕਦੇ ਆ, ਔਰ ਆਫਿਸਰ ਜਿਹਨੇ ਕੁਛ ਗਲਤ ਕੀਤਾ ਹੈ ਉਹਨੂੰ ਇੱਕ ਮੁਜਰਿਮ ਦੀ ਤਰ੍ਹਾਂ ਉਹਨਾਂ ਦੇ ਅੱਗੇ ਜਾ ਕੇ ਪੇਸ਼ ਹੋਣਾ ਪੈਂਦਾ, ਜਿੱਦਾਂ ਇੱਕ ਮੁਜਰਿਮ ਅਦਾਲਤ ਦੇ ਵਿੱਚ ਜੱਜ ਦੇ ਸਾਹਮਣੇ ਪੇਸ਼ ਹੁੰਦਾ ਹੈ।
ਸੋ ਇਹ ਸਾਡੇ ਜਿਹੜੇ ਨੁਮਾਇੰਦਗੀ ਕਰਦੇ ਆ, ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਹਾਂ ਵੀ ਤੁਹਾਨੂੰ ਕੋਈ ਸ਼ਰਮ ਕੋਈ ਹਯਾ ਹੈਗੀ ਹੈ? ਤੁਸੀਂ ਕੌਮ ਦੇ ਨਾਮ ਦੇ ਉੱਤੇ ਅਣਖਾਂ ਦਿਖਾਉਂਦੇ ਹੋ ਤੇ ਫਿਰ ਕੌਮ ਦੇ ਨਾਮ ਦੇ ਉੱਤੇ ਤੁਸੀਂ ਆਪਣਾ ਢਿੱਡ ਭਰਦੇ ਹੋ, ਸਰਕਾਰੀ ਸਹੂਲਤਾਂ ਸਰਕਾਰੀ ਅਹੁਦੇ ਲੈਂਦੇ ਹੋ, ਵੱਡੀਆਂ ਵੱਡੀਆਂ ਤਨਖਾਹਾਂ ਲੈਂਦੇ ਹੋ, ਤੇ ਤੁਹਾਨੂੰ ਸ਼ਰਮ ਨਹੀਂ ਆਉਂਦੀ? ਤੁਹਾਡੇ ਸੇਵਕਾਂ ਨੂੰ ਜਦੋਂ ਮਰਜ਼ੀ ਪੁਲਿਸ ਬੇਇੱਜ਼ਤ ਕਰਕੇ ਥਾਣੇ ਵਿੱਚ ਲੈ ਜਾਂਦੀ ਹੈ, ਥਾਣੇ ਵਿੱਚ ਬਿਠਾਉਂਦੇ ਆ, ਤੁਹਾਨੂੰ ਪਤਾ ਵੀ ਹੈ ਵੀ ਇਲਜ਼ਾਮ ਝੂਠੇ ਆ? ਦੋ ਤਿੰਨ ਗੱਲਾਂ ਹੀ ਆ, ਸ਼ੁਰੂ ਤੋਂ ਸੁਣਦੇ ਆ ਰਹੇ ਜੀ, ਲਾਲਚ ਦੇ ਕੇ ਧਰਮ ਪਰਿਵਰਤਨ ਕੀਤਾ ਜਾਂਦਾ ਹੈ। ਅੱਜ ਤੱਕ ਪੁੱਛਿਆ ਜਾਵੇ ਵੀ ਕਦੋਂ ਤੁਸੀਂ ਸੇਵਕਾਂ ਨੂੰ, ਕ੍ਰਿਸਚਨ ਮਿਸ਼ਨਰੀਆਂ ਨੂੰ ਕਦੋਂ ਤੁਸੀਂ ਪੈਸੇ ਵੰਡਦਿਆਂ ਨੂੰ ਫੜਿਆ ਸੀ, ਜਾਂ ਕਿਹੜੇ ਬੰਦੇ ਨੇ ਆ ਕੇ ਬਿਆਨ ਦਿੱਤਾ ਵੀ ਹਾਂਜੀ ਇਹਨਾਂ ਨੇ ਮੈਨੂੰ ਪੈਸੇ ਦਿੱਤੇ ਸੀਗੇ, ਜਾਂ ਕਦੇ ਕੀ ਏਦਾਂ ਦੀ ਕੋਈ ਗੱਲ ਸਾਬਤ ਹੋਈ ਹੈ? ਫਿਰ ਕਹਿੰਦੇ ਜੀ ਝੂਠੇ ਚਮਤਕਾਰ। ਤੁਹਾਡੇ ਕੋਲ ਸਵਾਲ ਨਹੀਂ ਹੁੰਦਾ ਵੀ ਚਮਤਕਾਰ ਕਿਹੜੇ ਮਜ਼ਹਬ ਦੇ ਵਿੱਚ ਨਹੀਂ ਹੁੰਦੇ? ਵੀਡੀਓ ਭਰੀਆਂ ਹੋਈਆਂ, ਤੁਸੀਂ ਯੂਟਿਊਬ ਖੋਲੋ, ਸਾਰੇ ਆਪਣੇ ਆਪਣੇ ਚਮਤਕਾਰਾਂ ਦੇ ਬਾਰੇ ਦੱਸਦੇ ਆ। ਆ ਰੋਜ਼ ਤਾਂਤਰਿਕਾਂ ਦੀਆਂ ਐਡਾਂ ਜਿਹੜੀਆਂ ਆ ਉਹ ਅਖਬਾਰਾਂ ਦੇ ਵਿੱਚ ਲੱਗਦੀਆਂ ਜੀ, ਵੀ ਵਸ਼ੀਕਰਨ ਫਲਾਨਾ ਢੰਗਾਨਾ ਜੇ ਵੋ, ਸਾਨੂੰ ਮਿਲੋ ਛੱਤੀਆ ਇਲਾਜ ਅਸੀਂ ਕਰਾਂਗੇ, ਕੀਤਾ ਕਰਾਇਆ ਟੂਣਾ ਟਮਾਣਾ, ਅਗਰ ਬੱਚਾ ਨਹੀਂ ਹੁੰਦਾ, ਅਗਰ ਕਿਸੇ ਦੇ ਕੋਈ ਘਰ ਦੇ ਵਿੱਚ ਕੋਈ ਪ੍ਰੋਬਲਮ ਹੈ ਸਾਨੂੰ ਮਿਲੋ, ਸਾਰੇ ਆਪਣੇ ਆਪਣੇ ਐਡਾਂ ਦੇ ਰਹੇ ਆ। ਔਰ ਰੋਜ਼ ਤੁਸੀਂ ਚੈਨਲ ਸ਼ੁਰੂ ਕਰ ਲਓ, ਹਿੰਦੂਆਂ ਦੇ ਜਿੰਨੇ ਵੀ ਚੈਨਲ ਚੱਲਦੇ ਆ ਉਹਨਾਂ ਵਿੱਚ ਰੋਜ਼ ਉਹਨਾਂ ਦੇ ਪੁਰੋਹਿਤ ਆਉਂਦੇ ਆ, ਇਹ ਸਾਰੀਆਂ ਗੱਲਾਂ ਦਾ ਸਿਸਟਮ ਹੁੰਦਾ ਹੈ। ਤੁਸੀਂ ਅਗਰ ਸਿੱਖ ਜੀਵਨ ਦੇ ਵਿੱਚ ਚਲੇ ਜਾਓ, ਉਹਨਾਂ ਦੇ ਵੀ ਦੱਸਦੇ ਵੀ ਗੁਰਦੁਆਰੇ 'ਚ ਸਾਡੇ ਆਹ ਮੌਜਜ਼ਾ ਹੋਇਆ, ਆਹ ਚੰਬਾ ਹੋਇਆ। ਸੋ ਜੇ ਅਗਰ ਕੋਈ ਏਦਾਂ ਦਾ ਇਲਜ਼ਾਮ ਵੀ ਲਾਉਂਦਾ ਹੈ ਤਾਂ ਇਹ ਸਾਰੇ ਮਜ਼ਹਬਾਂ 'ਚ ਚੱਲਦਾ ਹੈ। ਅਚੰਬੇ ਮੌਜ ਜੇ ਕਰਾਮਾਤਾਂ ਸਾਰੇ ਮਜ਼ਹਬਾਂ ਵਿੱਚ ਹੁੰਦੀਆਂ ਆ, ਤੇ ਫਿਰ ਇਕੱਲਾ ਕ੍ਰਿਸ਼ਨਾਂ ਨੂੰ ਟਾਰਗੇਟ ਕਿਉਂ? ਸੋ ਇਹ ਸਵਾਲ ਅਜੀਜੋ, ਸਾਨੂੰ ਤਾਂ ਪਤਾ, ਅਸੀਂ ਤਾਂ ਸੇਵਕ ਹਾਂ, ਸਾਨੂੰ ਤਾਂ ਪਤਾ ਵਚਨ ਦੇ ਅਨੁਸਾਰ ਇਹ ਸਭ ਕੁਛ ਸੰਸਾਰ ਵਿੱਚ ਘਟਨਾ ਹੋਣਾ, ਪਰ ਜਿੱਥੇ ਸਾਨੂੰ ਇਹ ਪਤਾ ਉੱਥੇ ਅਸੀਂ ਕਾਨੂੰਨ ਦਾ ਸਹਾਰਾ ਜ਼ਰੂਰ ਲੈ ਸਕਦੇ ਹਾਂ, ਇਹ ਕੋਈ ਬਾਈਬਲ ਦੇ ਅਨੁਸਾਰ ਕੋਈ ਗੈਰ ਤਲੀਮੀ ਗੱਲ ਨਹੀਂ ਹੈ। ਸੋ ਇਹ ਜਿਹੜਾ ਕੰਮ ਆ ਇਹ ਉਹਨਾਂ ਲੋਕਾਂ ਦਾ ਬਣਦਾ ਆ, ਅਸੀਂ ਸੇਵਕ ਲੋਕ ਸੇਵਾ ਕਰੀਏ, ਤੇ ਜਿਹੜੇ ਰਾਜਨੀਤਿਕ ਤੌਰ ਤੇ ਮਸੀਹ ਸਮਾਜ ਦੇ ਲਈ ਕੰਮ ਕਰਦੇ ਆ ਇਹ ਉਹਨਾਂ ਦੇ ਫਰਜ਼ ਆ। ਤੇ ਉਹਨਾਂ ਦੀ ਅੱਜ ਤੱਕ ਮੂਵਮੈਂਟ ਮੈਨੂੰ ਕਦੇ ਨਜ਼ਰ ਨਹੀਂ ਆਈ। ਮੈਨੂੰ ਦੱਸਿਆ ਜਾਵੇ ਕਿ ਬਾਬੂ ਮਨੋਵਰ ਰਿਹਾ ਪਹਿਲਾਂ 10 ਸਾਲ ਮਨੋਰਟੀ ਕਮਿਸ਼ਨ ਦਾ ਚੇਅਰਮੈਨ, ਅੱਜ ਤੱਕ ਤੁਸੀਂ ਸੁਣਿਆ ਹੋਣਾ ਕਿਸੇ ਆਫਿਸਰ ਨੂੰ ਆਪਣੇ ਕੋਲ ਤਲਬ ਕਰਕੇ ਬੁਲਾਇਆ ਹੋਵੇ, ਤੇਰੀ ਜੁਰਤ ਕਿੱਦਾਂ ਪਈ ਵੀ ਫਲਾਣੇ ਸੇਵਕ ਨੂੰ ਤੂੰ ਫੜ ਕੇ ਲੈ ਕੇ ਗਿਆ ਸੀਗਾ, ਕਿਹੜੇ ਜੁਰਮ ਦੇ ਵਿੱਚ ਤੂੰ, ਕਿਹੜੀ ਧਾਰਾ ਦੇ ਵਿੱਚ ਉਹਨੂੰ ਫੜਿਆ ਸੀ, ਕਿਸ ਚੱਕਰ ਦੇ ਵਿੱਚ ਤੁਹਾਨੂੰ ਲੈ ਕੇ ਗਿਆ ਸੀ, ਅੱਜ ਤੱਕ ਤੁਸੀਂ ਸੁਣਿਆ ਕਦੇ? ਹੁਣ ਸਾਡੇ ਨਾਲ ਸਾਹਿਬ ਵੀ ਬਣੇ ਹੋਏ ਆ, ਮੈਂ ਕਿਸੇ ਦੇ ਵਿਰੋਧ ਵਿੱਚ ਨਹੀਂ ਗਾ, ਇਹ ਗੱਲ ਚੇਤੇ ਰੱਖਣਾ। ਮੈਂ ਤਾਂ ਸਿਰਫ ਸਵਾਲ ਕਰਦਾ ਆ, ਜਨਤਾ ਨੂੰ ਜਾਗਰੂਕ ਕਰਨਾ ਚਾਹੁੰਦਾ, ਲੋਕਾਂ ਨੂੰ ਪਤਾ ਨਹੀਂ ਹੁੰਦਾ। ਜਨਤਾ ਦੀ ਗੱਲ ਛੱਡੋ, ਇਹ ਵਿਚਾਰੇ ਜਿਹੜੇ ਬਣੇ ਹੋਏ ਨੁਮਾਇੰਦੇ, ਇਹਨਾਂ ਨੂੰ ਆਪਣੀ ਪਾਵਰ ਦਾ ਨਹੀਂ ਪਤਾ, ਇਹ ਉੱਥੇ ਬੈਠੇ ਆ ਸਿਰਫ ਕੁਰਸੀਆਂ ਸਜਾ ਕੇ, ਹੋਰ ਇਹਨਾਂ ਨੂੰ ਇਸ ਤੋਂ ਜ਼ਿਆਦਾ ਕੋਈ ਪਤਾ ਨੀਗਾ। ਅਗਰ 5-7 ਅਫਸਰਾਂ ਨੂੰ ਉੱਥੇ ਤਲਬ ਕਰਕੇ ਨਾ ਮੁਜਰਮਾਂ ਦੀ ਤਰ੍ਹਾਂ ਇਹਨਾਂ ਦੀ ਕਲਾਸ ਲਾਈ ਜਾਵੇ, ਤੇ ਜ਼ਰੂਰਤ ਨਹੀਂ ਕਰੂਗਾ ਕੋਈ SHO, ਕੋਈ DSP, ਕੋਈ ਵੀ ਭਾਵੇਂ ਜਿੰਨਾ ਮਰਜ਼ੀ ਅਫਸਰ ਹੋਵੇ, ਕਿਸੇ ਦੀ ਜ਼ਰੂਰਤ ਨਹੀਂ ਹੈ ਦੁਬਾਰਾ ਕਿਸੇ ਸੇਵਕ ਨੂੰ ਇਸ ਤਰ੍ਹਾਂ ਫੜ ਕੇ ਲਿਆਵੇ, ਇਸ ਤਰ੍ਹਾਂ ਪਬਲਿਕ ਦੇ ਸਾਹਮਣੇ ਬੇਇੱਜ਼ਤ ਕੀਤਾ ਜਾਵੇ, ਕਿਸੇ ਵੀ ਸੇਵਕ ਨਾਲ ਬਦਤਮੀਜ਼ੀ ਕੀਤੀ ਜਾਵੇ। ਅਗਰ 2-4 ਕਾਰਵਾਈਆਂ ਇੱਦਾਂ ਦੀਆਂ ਹੋ ਜਾਣ ਨਾ, ਤੇ ਫਿਰ ਅਗਰ ਕੋਈ ਕੱਟੜਪੰਥੀ ਇੱਦਾਂ ਦੀ ਜ਼ਰੂਰਤ ਕਰੇ, ਤੇ ਪੁਲਿਸ ਪਹਿਲਾਂ ਆ ਕੇ ਜੋ ਕਾਨੂੰਨੀ ਕਾਰਵਾਈ ਬਣਦੀ ਉਹ ਕਰੂਗੀ, ਉਸ ਤੋਂ ਪਰੇ ਜਾ ਕੇ ਪੁਲਿਸ ਧਾਰੇ ਦਾ ਧੱਕਾ ਨਹੀਂ ਕਰ ਸਕਦੀ। ਮੇਰੇ ਜੀਜੋ, ਮੈਂ ਵੀਡੀਓ ਜ਼ਿਆਦਾ ਲੰਬੀ ਨਹੀਂ ਕਰਨੀ ਚਾਹੁੰਦਾ, ਥੋੜਾ ਥੋੜਾ ਕਰਕੇ ਸਾਰੀਆਂ ਗੱਲਾਂ ਤੋਂ ਲੋਕਾਂ ਨੂੰ ਜਾਗਰੂਕ ਕਰਾਂਗੇ, ਕਿਉਂਕਿ ਮੈਂ ਬੜੀ ਦੇਰ ਤੋਂ ਦੇਖ ਰਿਹਾ। ਮੈਂ ਸੋਚਦਾ ਸ਼ਾਇਦ ਸਾਡੇ ਕੋਈ ਨੁਮਾਇੰਦੇ ਜਿਹੜੇ ਹੈਗੇ ਆ ਇਹ ਰਾਜਨੀਤਿਕ ਤੌਰ ਤੇ ਕੰਮ ਕਰਦੇ ਕੁਛ ਕਰਨਗੇ, ਪਰ ਜਦੋਂ ਇਹਨਾਂ ਨੇ ਨਹੀਂ ਕੀਤਾ, ਅੱਜ ਮਜਬੂਰ ਹੋ ਕੇ ਮੈਨੂੰ ਇਹ ਵੀਡੀਓ ਪਾਉਣੀ ਪੈ ਰਹੀ ਹੈ। ਔਰ ਇਹ ਸਿਰਫ ਮੈਂ ਇਹ ਦੱਸਣਾ ਚਾਹੁੰਦਾ ਵੀ ਇਹਨਾਂ ਨੂੰ ਪਤਾ ਹੀ ਨਹੀਂ ਵਿਚਾਰਿਆਂ ਨੂੰ ਆਪਣੀ ਪਾਵਰ ਕੀ ਆ, ਤੇ ਤੁਸੀਂ ਜਾ ਕੇ ਇਹਨਾਂ ਨੂੰ ਨਹੀਂ ਪਤਾ ਹੈਗਾ ਤੇ ਤੁਸੀਂ ਸਮਾਜ ਦੇ ਲੋਕਾਂ ਨੇ ਦੱਸੋ ਕਮਿਸ਼ਨ ਹੁੰਦਾ ਕੀ ਆ, ਘੱਟ ਗਿਣਤੀ ਕਮਿਸ਼ਨ ਦੀ ਪਾਵਰ ਕੀ ਆ। ਘੱਟ ਗਿਣਤੀ ਕਮਿਸ਼ਨ ਆਪਣੇ ਆਪ 'ਚ ਇੱਕ ਅਦਾਲਤ ਆ, ਇਹ ਸ਼ਹਿਰ ਦੇ SSP ਨੂੰ ਆਪਣੇ ਕੋਲ ਤਲਬ ਕਰ ਸਕਦੇ ਆ, ਸ਼ਹਿਰ ਦੇ ਕਮਿਸ਼ਨ ਨੂੰ ਆਪਣੇ ਕੋਲ ਤਲਬ ਕਰ ਸਕਦੇ ਆ, ਸ਼ਹਿਰ ਦੇ DC ਨੂੰ ਆਪਣੇ ਕੋਲ ਤਲਬ ਕਰ ਸਕਦੇ ਆ, ਉਹਨੂੰ ਪੁੱਛ ਸਕਦੇ ਆ ਕਾਰਨ ਦੱਸੋ, ਔਰ ਉਹਦੀ ਜੋ ਵੀ ਰਿਪੋਰਟ ਇਹ ਬਣਾ ਕੇ ਗ੍ਰਹਿ ਮੰਤਰਾਲੇ ਨੂੰ ਭੇਜਣਗੇ, ਉਹਦੇ 'ਤੇ ਕਾਰਵਾਈਆਂ ਹੁੰਦੀਆਂ। ਸੋ ਇਹਨਾਂ ਦਾ ਸੁਣਾਇਆ ਹੋਇਆ ਫੈਸਲਾ ਜਿਹੜਾ ਇੱਕ ਅਦਾਲਤ ਦੀ ਤਰ੍ਹਾਂ ਹੁੰਦਾ ਆ, ਲੇਕਿਨ ਇਹਨਾਂ ਨੂੰ ਵਿਚਾਰਨੇ ਪਤਾ ਹੀ ਨਹੀਂ ਹੈ। ਇਹਨਾਂ ਨੂੰ ਸਿਰਫ ਇੰਨਾ ਪਤਾ ਵੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਬਣ ਜਾਓ ਤਾਂ ਤਨਖਾਹ ਮਿਲ ਜਾਣੀ ਆ, ਇੱਕ ਕੋਠੀ ਮਿਲ ਜਾਣੀ ਆ, ਕਾਰ ਮਿਲ ਜਾਊਗੀ, ਉੱਪਰ ਲੈਟ ਲੱਗ ਜਾਊਗੀ, ਸਰਕਾਰੀ ਸਹੂਲਤਾਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ। ਮੈਂਬਰਾਂ ਨੂੰ ਵਿਚਾਰਿਆਂ ਨੂੰ ਇੰਨਾ ਕੁ ਪਤਾ, ਇਸ ਤੋਂ ਜ਼ਿਆਦਾ ਇਹਨਾਂ ਦੇ ਵਿਚਾਰਿਆਂ ਦੀ ਅਕਲ ਵੀ ਜਿਹੜੀ ਉਹ ਵੀ ਕੰਮ ਨਹੀਂ ਕਰਦੀ। ਸੋ ਜਾਗੋ ਤੇ ਇਹਨਾਂ ਨੂੰ ਵੀ ਜਗਾਓ, ਕਿਉਂਕਿ ਸਾਡਾ ਤਾਂ ਕੰਮ ਨਹੀਂ ਆ, ਸਾਡਾ ਤਾਂ ਕੰਮ ਸੇਵਾ ਕਰਨਾ ਆ ਤੇ ਲੋਕਾਂ ਨੂੰ ਸਵਰਗ ਦੇ ਰਾਜ ਦੀ ਤਿਆਰੀ ਦਾ ਸੰਦੇਸ਼ ਦੇਣਾ ਆ। ਪਰ ਜਿੱਥੇ ਅਸੀਂ ਇਹ ਕੰਮ ਕਰਦੇ ਹਾਂ ਉੱਥੇ ਜਿਹੜੇ ਇਹ ਨੁਮਾਇੰਦਗੀਆਂ ਕਰਦੇ ਆ ਉਹ ਸਮਾਜਿਕ ਤੌਰ 'ਤੇ, ਰਾਜਨੀਤਿਕ ਤੌਰ 'ਤੇ ਆਪਣੇ ਲੋਕਾਂ ਦੇ ਲਈ
ਅਗਰ ਉਹ ਸਾਰੇ ਫਾਇਦੇ ਲੈਂਦੇ ਆ ਤੇ ਫਿਰ ਉਹਨਾਂ ਦਾ ਕੰਮ ਬਣਦਾ ਆ ਵੀ ਉਹ ਸਮਾਜ ਦੇ ਲਈ ਕੁਝ ਕਰਨ। ਸੋ ਇਹ ਹੁਣ ਅੱਜ ਤੋਂ ਫੈਸਲਾ ਕਰ ਲਓ, ਅਗਰ ਪੰਜਾਬ ਦੇ ਵਿੱਚ ਅਸੀਂ ਪੰਜਾਬੀ ਹਾਂ, ਖਾਸ ਕਰਕੇ ਪੰਜਾਬ ਦੇ ਵਿੱਚ, ਅਗਰ ਤੁਹਾਨੂੰ ਲੱਗਦਾ ਕਿਸੇ ਵੀ ਕਿਸੇ ਥਾਣੇਦਾਰ ਨੇ, ਕਿਸੇ SHO ਨੇ, ਕਿਸੇ DSP ਨੇ, ਕਿਸੇ ਵੀ ਮਸੀਹੀ ਸਮਾਜ ਦੇ ਕਿਸੇ ਸੇਵਕ ਦੇ ਨਾਲ, ਪੁਰੋਹਿਤ ਦੇ ਨਾਲ ਕੋਈ ਬਦਤਮੀਜ਼ੀ ਕੀਤੀ ਆ, ਉਹਨੂੰ ਇੰਨਾ ਕੁ ਲੰਮੇ ਹੱਥੀ ਲਾਓ ਕਿ ਬਾਅਦ 'ਚ ਦੁਬਾਰਾ ਕੋਈ ਜ਼ਰੂਰਤ ਨਾ ਕਰ ਸਕੇ, ਕਿਉਂਕਿ ਜਿਹੜਾ ਵੀ ਕੰਮ ਕਰਦੇ ਸਾਰਾ ਗੈਰ ਕਾਨੂੰਨੀ ਹੁੰਦਾ। ਪਰ ਪੁਲਿਸ ਦੇ ਕੋਲ ਵੀ ਕੋਈ ਰਾਈਟ ਨਹੀਂ ਗਾ ਕਿ ਕੋਈ ਵੀ ਕੰਮ ਜਿਹੜਾ ਗੈਰ ਕਾਨੂੰਨੀ ਤਰੀਕੇ ਦੇ ਨਾਲ ਕਰਨ। ਸੋ ਇਹ ਸਾਰੀ ਖਿਚਾਈ ਜਿਹੜੀ ਆ, ਇਹ ਸਾਡਾ ਘੱਟ ਗਿਣਤੀ ਕਮਿਸ਼ਨ ਕਰ ਸਕਦਾ ਆ। ਮੈਂ ਕੁਛ ਸੇਵਕਾਂ ਨੂੰ ਫੋਨ ਕਰਕੇ ਦੱਸਿਆ ਵੀ ਆ, ਪਰ ਅਜੇ ਤੱਕ ਉਹਨਾਂ ਵੱਲੋਂ ਵੀ ਮੈਨੂੰ ਕੋਈ ਇੰਨਾ ਵਧੀਆ ਰਿਸਪੌਂਸ ਨਹੀਂ ਆਇਆ। ਸੋ ਹੁਣ ਤੁਸੀਂ ਇਸ ਗੱਲ ਨੂੰ ਸਮਝੋ, ਜਾਂ ਤੇ ਇਹਨਾਂ ਨੂੰ ਕਹੋ ਅਸਤੀਫੇ ਦੇਣ ਆਪਣੇ ਅਹੁਦਿਆਂ ਤੋਂ, ਜਿਹਨਾਂ ਨੂੰ ਨਹੀਂ ਪਤਾ ਤੇ ਕਾਬਲ ਬੰਦੇ ਲਾਏ ਜਾਣ, ਜਿਹਨਾਂ ਨੂੰ ਪਤਾ ਕਾਨੂੰਨ ਦਾ ਦਿੰਦਾ ਵੀ ਕਿੱਦਾਂ ਕਾਰਵਾਈਆਂ ਹੁੰਦੀਆਂ ਆ, ਤੇ ਜੇ ਨਹੀਂ ਤੇ ਨਾ ਪੁੱਛੋ ਤੁਸੀਂ ਕਿਉਂ ਅੱਜ ਤੱਕ ਇਹ ਤੁਸੀਂ ਕਰ ਸਕਦੇ ਸੀ ਤੇ ਤੁਸੀਂ ਕਿਉਂ ਨਹੀਂ ਕੀਤਾ। ਕੀ ਤੁਹਾਨੂੰ ਸਿਰਫ ਇਹ ਜਿਹੜੀਆਂ ਅਹੁਦੇਦਾਰੀਆਂ ਮਿਲੀਆਂ ਘੱਟ ਗਿਣਤੀ ਕਮਿਸ਼ਨ ਦੇ ਵਿੱਚ ਅਫਸਰਾਂ ਨੂੰ ਖੁਸ਼ ਕਰਨ ਦੇ ਲਈ ਆ, ਜਾਂ ਆਪਣਾ ਢਿੱਡ ਭਰਨ ਦੇ ਲਈ ਆ, ਜਾਂ ਫਿਰ ਸਮਾਜ ਦੇ ਲਈ ਕੁਛ ਕਰਨਾ ਤੁਹਾਡਾ ਫਰਜ਼ ਬਣਦਾ ਆ। ਸੋ ਪਿਆਰੇ ਅਜੀਜੋ, ਸਮਝੋ ਗੱਲ ਨੂੰ, ਕਾਨੂੰਨੀ ਤੌਰ ਦੇ ਉੱਤੇ ਕਾਨੂੰਨੀ ਸਹਾਇਤਾ ਅਸੀਂ ਲੈ ਸਕਦੇ ਹਾਂ, ਸਾਡਾ ਇਹ ਹੱਕ ਆ, ਔਰ ਇਹ ਕੋਈ ਗੈਰ ਸੰਵਿਧਾਨਿਕ ਨਹੀਂ ਗਾ, ਇਹ ਕੋਈ ਬਾਈਬਲ ਦੇ ਖਿਲਾਫ ਨਹੀਂ ਆ। ਅਸੀਂ ਆਪਣੀ ਸੱਚੀ ਆਵਾਜ਼ ਨੂੰ ਆਪਣੀ ਸਰਕਾਰਾਂ ਤੱਕ, ਆਪਣੀ ਐਡਮਿਨਿਸਟ੍ਰੇਸ਼ਨ ਤੱਕ, ਪੁਲਿਸ ਪ੍ਰਸ਼ਾਸਨ ਤੱਕ ਪਹੁੰਚਾ ਸਕਦੇ ਹਾਂ। ਸੋ ਯਾਦ ਰੱਖੋ, ਅਗਰ ਕਿਤੇ ਵੀ ਕੋਈ ਪੁਲਿਸ ਵਾਲਾ ਇਹੋ ਜਿਹਾ ਕੋਈ ਕੰਮ ਕਰਦਾ ਆ, ਉਹਨੂੰ ਪੁੱਛੋ ਕਿਸ ਅਧਿਕਾਰ ਦੇ ਨਾਲ ਤੂੰ ਇਹ ਕਾਰਵਾਈ ਕਰ ਰਿਹਾ ਹੈ, ਤੈਨੂੰ ਇਹ ਹੱਕ ਦਿੱਤਾ ਕਹਿੰਦੇ ਆ। ਔਰ ਅਗਰ ਕੋਈ ਕਹਿੰਦਾ ਵੀ ਤੁਸੀਂ ਇਹ ਕਿਉਂ ਕਰ ਰਹੇ ਹੋ, ਪਿੱਛੇ ਇੱਕ ਮੈਂ ਦੇਖਿਆ ਕਿ ਪਿੰਡ ਦੇ ਵਿੱਚ ਉਹ ਸਰਦਾਰ ਜੀ ਕਛਾਈ ਪਾ ਕੇ ਤੋ ਬੀਬੀਆਂ ਦੇ ਨਾਲ ਬੜੀ ਬਦਤਮੀਜ਼ੀ ਦੇ ਨਾਲ ਪੇਸ਼ ਆ ਰਹੇ ਆ, ਆਪਣਾ ਨਾਮ ਦੱਸ ਰਿਹਾ ਮੈਂ ਫਲਾਣੇ ਫਲਾਣੇ ਇਲਾਕੇ ਤੋਂ ਆ। ਮੈਂ ਪੁੱਛਣਾ ਚਾਹੁੰਦਾ ਘੱਟ ਗਿਣਤੀ ਕਮਿਸ਼ਨ, ਉਸ ਸਰਦਾਰ ਦੇ ਖਿਲਾਫ ਤੁਸੀਂ ਕਿਹੜੀ ਕਾਰਵਾਈ ਕੀਤੀ? ਉਸ ਸਰਦਾਰ ਨੂੰ ਕਿਹਨੇ ਸੰਵਿਧਾਨੀ ਤੌਰ ਤੇ ਹੱਕ ਦਿੱਤਾ ਵੀ ਪਿੰਡ 'ਚ ਆਏ ਕਿਸੇ ਪ੍ਰਚਾਰਕ ਨੂੰ ਇਸ ਤਰ੍ਹਾਂ ਬੇਇੱਜ਼ਤ ਕਰਕੇ ਕੱਢੇ? ਕਿਹੜੇ ਮਜ਼ਹਬ ਦੇ ਕੋਲ ਇਹ ਹੱਕ ਨਹੀਂ ਹੈ ਕਿ ਉਹ ਆਪਣੇ ਧਰਮ ਦਾ ਪ੍ਰਚਾਰ ਕਰੇ? ਸਾਡੇ ਕ੍ਰਿਸਚਨ ਇਲਾਕਿਆਂ ਦੇ ਵਿੱਚ ਹਿੰਦੂ ਆਉਣ ਪ੍ਰਚਾਰ ਕਰਨ, ਸਾਨੂੰ ਕੋਈ ਤਕਲੀਫ ਨਹੀਂ। ਉੱਥੇ ਸਿੱਖ ਭਰਾ ਆਉਣ ਪ੍ਰਚਾਰ ਕਰਨ, ਸਾਨੂੰ ਕੋਈ ਤਕਲੀਫ ਨਹੀਂ। ਉੱਥੇ ਮੁਸਲਮਾਨ ਆਉਣ, ਸਾਨੂੰ ਕੋਈ ਤਕਲੀਫ ਨਹੀਂ ਪ੍ਰਚਾਰ ਕਰਨ। ਜਦੋਂ ਸਾਨੂੰ ਕੋਈ ਤਕਲੀਫ ਨਹੀਂ ਗੀ ਤੇ ਇਹਨਾਂ ਨੂੰ ਕੀ ਤਕਲੀਫ ਆ? ਇਹਨਾਂ ਨੂੰ ਕਹਿੰਦਾ ਡਰਿਆ ਨਾ ਪੁੱਛੋ। ਜਦੋਂ ਸਾਡਾ ਸੰਵਿਧਾਨ, ਦੇਸ਼ ਦਾ ਸੰਵਿਧਾਨ ਸਾਨੂੰ ਆਪਣੇ ਧਰਮ ਦਾ ਪ੍ਰਚਾਰ ਕਰਨ ਦਾ ਹੱਕ ਦਿੰਦਾ ਆ, ਹਰੇਕ ਨੂੰ ਕਿਸੇ ਵੀ ਧਰਮ ਨੂੰ ਕਬੂਲ ਕਰਨ ਦਾ ਹੱਕ ਦਿੰਦਾ ਆ, ਤੇ ਫਿਰ ਇਹ ਕੌਣ ਹੁੰਦੇ ਆ? ਕਿਹੜੇ ਕਾਨੂੰਨ ਦੇ ਤਹਿਤ ਇਹ ਕੱਟੜਪੰਥੀ ਲੋਕ ਤੁਹਾਨੂੰ ਰੋਕਦੇ ਆ, ਔਰ ਇਹਨਾਂ ਦੇ ਮਗਰ ਲਾ ਕੇ ਪੁਲਿਸ ਉਹਨਾਂ ਦੇ ਹੱਕ ਵਿੱਚ ਕਿੱਦਾਂ ਭੁਗਤ ਜਾਂਦੀ ਹੈ? ਸਵਾਲ ਕਰੋ। ਔਰ ਇਹ ਸਭ ਤੋਂ ਜਿਹੜੀ ਜ਼ਿੰਮੇਵਾਰੀ ਦਾ ਕੰਮ ਆ, ਇਹ ਸਾਡੇ ਘੱਟ ਗਿਣਤੀ ਕਮਿਸ਼ਨ ਦਾ ਕੰਮ ਆ, ਔਰ ਘੱਟ ਗਿਣਤੀ ਕਮਿਸ਼ਨ ਨੇ ਅੱਜ ਤੱਕ ਇਹੋ ਜਿਹੀ ਕੋਈ ਕਾਰਵਾਈ ਕੀਤੀ ਨਹੀਂ। ਅਗਰ 2-4 ਅਫਸਰਾਂ ਨੂੰ ਤਲਬ ਕੀਤਾ ਹੁੰਦਾ, 2-4 ਅਫਸਰਾਂ ਦੀਆਂ ਬਦਲੀਆਂ ਕਰਾਈਆਂ, 2-4 ਸਸਪੈਂਡ ਹੋਏ ਹੁੰਦੇ, 2-4 ਪੁਲਿਸ ਲਾਈਨ ਹਾਜ਼ਰ ਹੋਏ ਹੁੰਦੇ, ਤੇ ਫਿਰ ਗਾਂਹ ਅੱਗੇ ਕਿਸੇ ਨੇ ਇੱਦਾਂ ਦੀ ਕਾਰਵਾਈ ਨਹੀਂ ਸੀ ਕਰਨੀ, ਵਾਲਿਆਂ ਨੇ ਜੋ ਬਣਦਾ ਕਾਨੂੰਨੀ ਤੌਰ ਤੇ ਉਹ ਕਰਨਾ ਸੀ। ਸੋ ਅੱਜ ਦੇ ਲਈ ਇੰਨਾ ਹੀ ਕਾਫੀ ਆ। ਇਹਨਾਂ ਨੂੰ ਪੁੱਛੋ ਘੱਟ ਗਿਣਤੀ ਕਮਿਸ਼ਨ ਦੇ ਮੈਂਬਰਾਂ ਨੂੰ, ਇਹਨਾਂ ਨੂੰ ਪੁੱਛੋ ਘੱਟ ਗਿਣਤੀ ਕਮਿਸ਼ਨ ਦੇ ਬਣੇ ਹੋਏ ਇਹਨਾਂ ਚੇਅਰਮੈਨ ਜਿਹੜੇ ਸਾਹਿਬ ਨੇ, ਜਿਹੜੇ ਵਾਈਸ ਚੇਅਰਮੈਨ ਨੇ, ਇਹਨਾਂ ਪੁੱਛੋ ਵੀ ਤੁਸੀਂ ਕਿਹੜੀ ਜ਼ਿੰਮੇਵਾਰੀ ਨਿਭਾ ਰਹੇ ਹੋ। ਸੋ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਫਿਰ ਦਿਲ ਦੀਆਂ ਗੱਲਾਂ ਸਾਂਝੀਆਂ ਕਰਾਂਗੇ। ਰੱਬ ਤੁਹਾਡੇ ਨਾਲ ਹੋਵੇ, ਸਭ ਨੂੰ ਅਕਲ ਬੁੱਧੀ ਦਿਨਾਈ ਬਖਸ਼ੇ। ਸਾਰਿਆਂ ਨੂੰ ਮੇਰੇ ਵੱਲੋਂ ਜੈਮ ਸਿੰਘ।